ਫੇਸਬੁੱਕ ਦੇ ਉੱਤੇ ਵਾਇਰਲ ਹੋਣ ਵਾਸਤੇ ਕਿਸੇ ਵੇਲੇ ਅਸੀਂ ਫੋਟੋਆਂ ਖਿਚਾਉਣ ਦੇ ਵਿੱਚ ਇੰਨੇ ਮਗਨ ਹੋ ਜਾਂਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਕੀ ਵਾਪਰ ਰਿਹਾ। ਸਾਡਾ ਧਿਆਨ ਕੇਵਲ ਇਹ ਹੁੰਦਾ ਵੀ ਸਾਡੀ ਰੀਲ ਸ਼ੂਟ ਹੋ ਰਹੀ ਹੈ, ਸਾਡੀ ਫੋਟੋ ਕਲਿੱਕ ਹੋ ਰਹੀ ਆ, ਅਸੀਂ ਆਪਣਾ ਕੰਸੰਟਰੇਸ਼ਨ ਜਿਹੜਾ ਉਹ ਕੈਮਰੇ ਵੱਲ ਰੱਖੀਏ, ਕੈਮਰੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਜਿਹੜਾ ਵਾ ਮੁਸਕਰਾਉਂਦੇ ਹੋਏ ਅਸੀਂ ਜਿਹੜੀ ਹੈ ਇਹ ਫੋਟੋ ਖਿਚਾਈਏ। ਇਹ ਤਾਂ ਗੱਲ ਹੋਈ ਵੀ ਇੱਕ ਨਦਾਨ ਬੱਚਾ, ਇੱਕ ਟੀਨੇਜਰ ਬੱਚਾ, ਇੱਕ ਜਿਹੜਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲਾ ਜਿਹੜਾ ਸ਼ਖਸ ਆ ਉਹਦੀ ਗੱਲ ਹੋ ਗਈ ਵੀ ਉਹਨੂੰ ਬੜਾ ਸ਼ੌਂਕ ਹੁੰਦਾ ਵੀ ਮੇਰੇ ਫੋਲੋਅਰਸ ਵਧਣ, ਮੈਨੂੰ ਲਾਈਕ ਕਮੈਂਟ ਜਿਹੜੇ ਆ ਆਉਣ। ਪਰ ਤੁਸੀਂ ਸੋਚੋ, ਇੱਕ ਮਾਤਾ ਪਿਤਾ ਛੋਟੇ ਬੱਚਿਆਂ ਦੇ ਨਾਲ ਘੁੰਮਣ ਗਏ ਹੋਣ ਅਤੇ ਉਹਨਾਂ ਨੂੰ ਇੱਕ ਅਦਭੁਤ ਨਜ਼ਾਰਾ ਜਿਹੜਾ ਉਹਨਾਂ ਨੇ ਜ਼ਿੰਦਗੀ 'ਚ ਪਹਿਲੀ ਵਾਰ ਵੇਖਿਆ ਹੋਵੇ, ਪਰ ਹੋਵੇ ਉਹ ਖਤਰਨਾਕ, ਪੂਰੇ ਫੈਮਿਲੀ ਦੀ ਜਾਨ ਜੋਖਮ 'ਚ ਪਾ ਕੇ ਉਹ ਕਹਿਣ ਛੱਡੋ ਕੋਈ ਗੱਲ ਨਹੀਂ, ਜੇ ਜਾਨ ਚਲੀ ਵੀ ਗਈ ਤਾਂ ਕੋਈ ਗੱਲ ਨਹੀਂ, ਪਰ ਫੋਟੋ ਖਿੱਚਣੀ ਬਹੁਤ ਜ਼ਰੂਰੀ ਆ। ਇਹ ਜਿਹੜਾ ਵੀਡੀਓ ਤੁਸੀਂ ਦੇਖ ਰਹੇ ਹੋ, ਦਰਅਸਲ ਇਹ ਇੱਕ ਜੰਗਲ ਦਾ ਜੰਗਲੀ ਇਲਾਕਾ, ਇੱਕ ਪਰਿਵਾਰ ਜਿਹੜਾ ਉਹ ਉੱਥੇ ਘੁੰਮਣ ਗਿਆ ਹੋਇਆ ਅਤੇ ਇੱਕ ਮਗਰਮੱਛ ਜਿਹੜਾ ਉਹ ਉੱਥੇ ਸੜਕ ਦੇ ਕੰਢੇ 'ਤੇ ਆ ਜਾਂਦਾ। ਹੁਣ ਜਦੋਂ ਮਗਰਮੱਛ ਉਹਨਾਂ ਨੂੰ ਦੇਖਦਾ ਉਹ ਵੀ ਪਰੇਸ਼ਾਨ ਹੋ ਜਾਂਦਾ ਹੋਣਾ ਵੀ ਇਹ ਜੰਗਲ ਦੇ ਵਿੱਚ ਇਹ ਕੌਣ ਲੋਕ ਨੇ, ਇਹ ਜਿਹੜੇ ਟੂਰਿਸਟ ਆ ਗਏ ਆ, ਬਜਾਏ ਕਿ ਇਹ ਪਰਿਵਾਰ ਆਪਣੇ ਬੱਚਿਆਂ ਨੂੰ, ਛੋਟੇ ਛੋਟੇ ਬੱਚੇ ਆ, ਉਹਨਾਂ ਨੂੰ ਪਰੇ ਕਰਦਾ, ਮਗਰਮੱਛ ਨੇ ਮੂੰਹ ਅੱਡਿਆ ਹੋਇਆ ਭਾਵਾਂ ਉਸ ਬੂਤਿਆਂ ਨੂੰ ਨਿਗਲ ਜਾਵੇ, ਇਹ ਕਹਿੰਦੇ ਵੀ ਇਹਦੇ ਮੂੰਹ ਦੇ ਕੋਲ ਜਿਹੜਾ ਅਸੀਂ ਖੜ੍ਹ ਕੇ ਫੋਟੋ ਖਿਚਾਉਂਦੇ ਹਾਂ। ਇਹ ਪੂਰਾ ਪਰਿਵਾਰ ਜਿਹੜਾ ਮਗਰਮੱਛ ਦੇ ਨਾਲ ਫੋਟੋਆਂ ਖਿਚਾਉਣ 'ਚ ਮਗਨ ਹੈ। ਗਨੀਮਤ ਇਹ ਆ ਵੀ ਕੋਈ ਹਾਦਸਾ ਨਹੀਂ ਵਾਪਰਿਆ, ਪਰ ਤੁਸੀਂ ਇਹ ਹਾਲਾਤ ਦੇਖੋ ਕਿਉਂਕਿ ਇਹ ਵੀਡੀਓ ਹੁਣ ਵਾਇਰਲ ਹੋ ਰਿਹਾ। ਵੈਸੇ ਉਹਨਾਂ ਦੀ ਫੋਟੋ ਵਾਇਰਲ ਹੋਈ ਨਹੀਂ ਹੋਈ ਉਹ ਬਾਅਦ ਦੀ ਗੱਲ ਆ, ਪਰ ਲਾਗੇ ਖੜਾ ਇੱਕ ਸ਼ਖਸ ਜਿਹੜਾ ਉਹਨਾਂ ਦੇ ਨਾਲ ਹੀ ਸ਼ਾਇਦ ਘੁੰਮਣ ਗਿਆ ਹੋਏਗਾ, ਉਹਨੇ ਇਹ ਪੂਰੀ ਵੀਡੀਓ ਜਿਹੜੀ ਆ ਇਹ ਫਿਲਮਾ ਕੇ ਜਦੋਂ ਸੋਸ਼ਲ ਮੀਡੀਆ 'ਤੇ ਪਾਈ ਤਾਂ ਲੋਕ ਇਹਨਾਂ ਦੀ ਤਾਰੀਫ ਨਹੀਂ ਕਰ ਰਹੇ, ਲੋਕ ਇਹਨਾਂ ਦੀ ਬਹਾਦਰੀ ਦੀ ਦਾਦ ਨਹੀਂ ਦੇ ਰਹੇ ਵੀ ਤੁਸੀਂ ਮਗਰਮੱਛ ਦੇ ਬਿਲਕੁਲ ਲਾਗੇ ਜਾ ਕੇ ਫੋਟੋ ਖਿਚਾ ਲਈ ਆ। ਉਹ ਕਹਿ ਰਹੇ ਆ ਵੀ ਤੁਸੀਂ ਸਿਰੇ ਦੀ ਬੇਵਕੂਫੀ ਕੀਤੀ ਆ, ਕਿਉਂਕਿ ਇੱਕ ਅਖਾਣ ਵੀ ਆ, ਕਹਾਵਤ ਵੀ ਆ, ਸਿਆਣੇ ਕਹਿੰਦੇ ਵੀ ਆ ਵੀ ਬਹਾਦਰੀ ਅਤੇ ਬੇਵਕੂਫੀ 'ਚ ਕੋਈ ਬਹੁਤਾ ਫਰਕ ਨਹੀਂ ਹੁੰਦਾ। ਸੋ ਇਹ ਆਪਣੇ ਵੱਲੋਂ ਤਾਂ ਬਹਾਦਰੀ ਦਰਸਾ ਰਹੇ ਆ ਵੀ ਅਸੀਂ ਦੇਖੋ ਮਗਰਮੱਛ ਦੇ ਐਨ ਬਿਲਕੁਲ ਨਜ਼ਦੀਕ ਜਾ ਕੇ ਪੂਰੇ ਪਰਿਵਾਰ ਨੇ ਜਿਹੜਾ ਉਹ ਫੋਟੋ ਖਿਚਾਈ ਆ, ਪਰ ਕਮੈਂਟਸ ਦੇ ਵਿੱਚ ਲੋਕ ਇਹਨਾਂ ਨੂੰ ਜਿਹੜਾ ਵਾ ਉਹ ਮੱਤਾਂ ਦੇ ਰਹੇ ਆ, ਇਹਨਾਂ ਦੇ ਉੱਤੇ ਹੱਸ ਰਹੇ ਆ, ਇਹਨਾਂ ਨੂੰ ਜਿਹੜਾ ਵਾ ਉਹ ਕਹਿ ਲਈਏ ਵੀ ਲਾਂਤਾਂ ਪਾ ਰਹੇ ਆ ਵੀ ਤੁਸੀਂ ਤੇ ਸਿਆਣੇ ਬਿਆਣੇ ਹੋ, ਇਹ ਤੁਹਾਡੇ ਬੱਚੇ ਜ਼ਿੱਦ ਕਰਦੇ। ਤਾਂ ਵੀਡੀਓ ਸਮਝ ਵੀ ਆਉਂਦਾ ਵੀ ਬੱਚੇ ਜ਼ਿੱਦ ਕਰ ਰਹੇ ਆ ਵੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਜਿਹੜਾ ਇਹ ਮਗਰਮੱਛ ਦੇਖਿਆ। ਤੁਸੀਂ ਸਿਆਣੇ ਬਿਆਣੇ ਹੋ ਕੇ ਬੱਚਿਆਂ ਨੂੰ ਕਹਿ ਰਹੇ ਹੋ ਵੀ ਆ ਜਾਓ ਲਾਗੇ, ਇਹਦੇ ਇੱਕ ਜਿਹੜੀ ਹੈ ਅਸੀਂ ਤਸਵੀਰ ਕਲਿੱਕ ਕਰਾ ਲਈਏ, ਇਹ ਬੜੀ ਯਾਦਗਾਰੀ ਰਹੇਗੀ। ਯਾਦਗਾਰੀ ਤਾਂ ਇਹ ਸਮਾਂ ਤਾਂ ਵੀ ਬਣ ਜਾਣਾ ਸੀ ਜੇ ਮਗਰਮੱਛ ਜਿਹੜਾ ਤੁਹਾਡੇ 'ਤੇ ਹਮਲਾ ਕਰ ਦਿੰਦਾ ਜਾਂ ਉਹ ਸੜਕ ਦੇ ਉੱਤੇ ਹੀ ਚਾੜੇ ਆਉਂਦਾ, ਤਾਂ ਯਾਦਗਾਰੀ ਪਲ ਤਾਂ ਇਹ ਵੈਸੇ ਹੀ ਬਣ ਜਾਣੇ ਸੀਗੇ। ਅੱਛਾ, ਇਹਦੇ ਨਾਲ ਹੀ ਜਿਹੜਾ ਵਾ ਜਦੋਂ ਇਹ ਤਸਵੀਰ ਖਿਚਾ ਕੇ ਜਦੋਂ ਜਿਹੜਾ ਸ਼ਖਸ ਵੀਡੀਓ ਬਣਾ ਰਿਹਾ ਅਤੇ ਲੋਕਾਂ ਨੇ ਜਦੋਂ ਕਮੈਂਟਸ ਕੀਤੇ ਆ, ਤਾਂ ਹੁਣ ਜਿਹੜਾ ਉਹ ਕਈ ਕਿਸਮ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਉਹ ਵੀ ਆਉਣੀਆਂ ਸ਼ੁਰੂ ਹੋ ਗਈਆਂ। ਹਾਲ ਹੀ ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਸ਼ਿਮਲਾ ਦੀਆਂ ਪਹਾੜੀਆਂ ਦੇ ਉੱਤੇ ਕੁਝ ਨੌਜਵਾਨ ਜਿਹੜੇ ਆ ਉਹ ਸਨਰੂਫ ਖੋਲ੍ਹ ਕੇ ਜਾਂ ਗੱਡੀ ਦੇ ਸ਼ੀਸ਼ਿਆਂ 'ਚੋਂ ਲਮਕ ਲਮਕ ਕੇ ਜਿਹੜੇ ਆ ਉਹ ਆਪਣੇ ਵੀਡੀਓ ਬਣਾਉਂਦੇ ਸੀਗੇ, ਤਾਂ ਪੁਲਿਸ ਨੇ ਉਹਨਾਂ ਦੇ ਚਲਾਨ ਵੀ ਕੀਤੇ ਆ। ਸੋ ਖੈਰ, ਲੋਕ ਜਿਹੜੇ ਆ ਇੰਨੇ ਮਸਰੂਫ ਹੋ ਜਾਂਦੇ ਆ, ਇੰਨੇ ਕਹਿ ਦਈਏ ਵੀ ਖੋ ਜਾਂਦੇ ਆ ਵੀ ਕੋਈ ਜੱਗੋ ਤੇਰ ਵੀ ਚੀਜ਼ ਦਿਖੇ ਸਹੀ ਉਹਨਾਂ ਨੂੰ, ਵੈਸੇ ਵੀ ਇਹਦੇ ਨਾਲ ਇੱਕ ਤਸਵੀਰ ਜਿਹੜੀ ਆ ਇਹ ਖਿਚਾ ਲਈਏ, ਇਹ ਪਾਈਏ ਸੋਸ਼ਲ ਮੀਡੀਆ 'ਤੇ, ਵਾਇਰਲ ਹੋਈਏ, ਲੋਕ ਤਾਰੀਫਾਂ ਕਰਨਗੇ, ਲੋਕ ਜਿਹੜੀ ਆ ਉਹ ਸਾਡੀਆਂ ਬੜੇ ਸਾਨੂੰ ਵਾਇਰਲ ਕਰਨਗੇ। ਇਹ ਪੂਰੀ ਪਰਿਵਾਰ ਜਿਹੜਾ ਇਹਦੇ ਵਿੱਚ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਹੈ, ਇਸ ਕਪਲ ਨੂੰ ਲੋਕ ਇੰਨੇ ਬੁਰੇ ਤਰੀਕੇ ਦੇ ਨਾਲ ਇਸ ਵੇਲੇ ਟ੍ਰੋਲ ਕਰ ਰਹੇ ਆ ਵੀ ਜੇ ਉਹ ਮਗਰਮੱਛ ਕਿਤੇ ਬਾਹਰ ਆ ਜਾਂਦਾ ਤਾਂ ਫਿਰ ਤੁਹਾਡਾ ਕੀ ਬਣਦਾ, ਤੁਹਾਥੋਂ ਭੱਜਿਆ ਨਹੀਂ ਸੀ ਜਾਣਾ ਕਿਉਂਕਿ ਤੁਸੀਂ ਮੋਢਿਆਂ ਦੇ ਉੱਤੇ ਬੈਗ ਪਾਏ ਹੋਏ ਆ, ਭੱਜਿਆ ਤੁਹਾਡੇ ਤੋਂ ਬਿਲਕੁਲ ਨਹੀਂ ਸੀ ਜਾਣਾ, ਪਰ ਗਨੀਮਤ ਇਹ ਰਹੀ ਕਿ ਉਹ ਮਗਰਮੱਛ ਜਿਹੜਾ ਵਾ ਉਹ ਚੁੱਪ ਕਰਕੇ ਵਾਪਸ ਚਲਾ ਗਿਆ।
ਪਰ ਅਜਿਹੀਆਂ ਜਿਹੜੀਆਂ ਅਸੀਂ ਦਿਲਵਧੀਆਂ ਕਰ ਲੈਂਦੇ ਹਾਂ, ਵੱਡੇ ਜਿਗਰੇ ਕਰ ਲੈਂਦੇ ਹਾਂ ਵੀ ਚਲੋ ਇੱਕ ਫੋਟੋ ਖਿਚਾ ਲਈਏ, ਇੱਦਾਂ ਕਰ ਲਈਏ, ਇਹ ਤੋਂ ਬਚਣਾ ਚਾਹੀਦਾ, ਖਾਸ ਤੌਰ 'ਤੇ ਜਦੋਂ ਛੋਟੇ ਬੱਚੇ ਸਾਡੇ ਨਾਲ ਹੋਣ। ਵੈਸੇ ਵੀ ਜਿਹੜੀ ਚੀਜ਼ ਬਾਰੇ ਸਾਨੂੰ ਇਲਮ ਨਾ ਹੋਵੇ ਉਹਦੇ ਬਿਲਕੁਲ ਲਾਗੇ ਨਹੀਂ ਜਾਣਾ ਚਾਹੀਦਾ, ਕਿਉਂਕਿ ਉਹ ਤਾਂ ਜੰਗਲ ਆ, ਉਹ ਉਹਨਾਂ ਦਾ ਘਰ ਆ, ਉਹ ਕਿਤੇ ਵੀ ਆ ਜਾ ਸਕਦੇ ਆ, ਅਸੀਂ ਉਹਨਾਂ ਵਾਸਤੇ ਗੈਰ ਹਾਂ, ਅਸੀਂ ਉਹ ਥਾਂ ਵੇਖਣ ਵਾਸਤੇ ਗਏ ਹਾਂ, ਪੱਕੀ ਥਾਂ 'ਤੇ ਉਹਨਾਂ ਦੀ ਹੈ। ਸੋ ਇਸ ਕਰਕੇ ਅਜਿਹੀਆਂ ਹਰਕਤਾਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ, ਖਾਸ ਤੌਰ 'ਤੇ ਜਦੋਂ ਤੁਹਾਡੇ ਨਾਲ ਛੋਟੇ ਬੱਚੇ ਹੋਣ। ਫਿਲਹਾਲ ਇਸ ਕਪਲ ਨੂੰ ਜੰਮ ਕੇ ਜਿਹੜਾ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।